ਮਸਲਾ ਤਾਂ ਕੁਛ ਨਹੀਂ ਸੀ, ਸ਼ਨੀਵਾਰ ਦਾ ਸ਼ਾਮ ਦਾ ਟਾਈਮ ਸੀਗਾ, ਮਤਲਬ ਛੁੱਟੀ ਹੋਣ ਵਾਲੀ ਸੀ, 10 ਮਿੰਟ ਰਹਿੰਦੇ ਸੀ, ਅਤੇ ਉਹ ਕੁੜੀ ਆਈ ਆ ਅਫਸਾਨਾ ਖਾਨ, ਉਹਨੇ ਦੱਸਿਆ ਆਪਣੇ ਆਪ ਨੂੰ, ਅਤੇ 10ਵੀਂ ਤੱਕ 12ਵੀਂ ਤੱਕ ਦੀ ਵਿਦਿਆਰਥਣ ਸੀ, ਅਤੇ ਵਧੀਆ ਉਹ ਸਟਾਫ ਵੀ ਆ ਗਏ 2-4 ਜਣੇ, ਉਹ ਕਹਿੰਦੇ ਵੀ ਸਾਡੀ ਸ਼ਾਈਨਿੰਗ ਸਟੂਡੈਂਟ ਆ ਇਹ, ਅਤੇ ਉਹ ਖੁਦਾ ਬਖਸ਼ ਦੀ ਭੈਣ ਹੈ, ਉਹਦੀ ਮਦਰ ਵੀ ਨਾਲ ਸੀ, ਉਹਦਾ ਭਰਾ ਵੀ ਨਾਲ ਸੀ, ਉਹਦੀਆਂ ਭੈਣਾਂ ਵੀ ਨਾਲ ਸੀ, ਅਤੇ ਉਹ ਇੱਥੇ ਚਾਹ ਪਾਣੀ ਦਫ਼ਤਰ 'ਚ ਅਸੀਂ ਪਾਇਆ ਉਹਨੂੰ ਵੀ ਸਾਡੀ ਸਾਬਕਾ ਸਟੂਡੈਂਟ ਆ ਉਹ, ਅਤੇ ਉਸ ਤੋਂ ਬਾਅਦ ਉਹ ਕੁੜੀ ਕਹਿੰਦੀ ਵੀ ਮੈਂ ਬੱਚਿਆਂ ਨੂੰ ਮਿਲਣਾ, ਇੰਨੇ ਛੁੱਟੀ ਦਾ ਟਾਈਮ ਹੋ ਗਿਆ, ਬੱਚੇ ਵੀ ਬਾਹਰ ਆ ਗਏ, ਬੱਚੇ ਵੀ ਉਹਨੂੰ ਦੇਖ ਕੇ ਰੁਕ ਗਏ, ਅਤੇ ਮੈਂ ਸਗੋਂ ਸਟਾਫ ਨੂੰ ਛੁੱਟੀ ਹੋਣ ਦੇ ਬਾਵਜੂਦ ਵੀ ਬਿਠਾ ਲਿਆ ਵੀ ਬੱਚੇ ਰੁਕੇ ਆਪਣੇ 'ਤੇ, 10 ਮਿੰਟ ਤੁਸੀਂ ਵੀ ਰੁਕ ਜਾਓ, ਅਤੇ ਨਾਲ ਉਹਨੂੰ ਇਹ ਵੀ ਗੱਲ ਕਹੀ ਹੈ ਕਿ ਬੱਚਿਆਂ ਦੇ 3 ਤਰੀਕ ਨੂੰ ਪੇਪਰ ਹੈ, ਉਹਨੇ ਬੱਚਿਆਂ ਨੂੰ ਇਹ ਗੱਲ ਕਰੀ ਹੈ ਕਿ ਮੈਂ ਇੱਥੋਂ ਪੜ੍ਹ ਕੇ ਗਈ ਹਾਂ ਅਤੇ ਇੱਥੋਂ ਤੱਕ ਕਾਮਯਾਬ ਹੋਈ ਹਾਂ ਮੈਂ, ਅਤੇ ਤੁਸੀਂ ਮਿਹਨਤ ਕਰੋ, ਆਪਦੇ ਪੇਪਰ ਦੀ ਤਿਆਰੀ ਕਰੋ, ਵਧੀਆ ਪੇਪਰ ਦਿਓ, ਅਤੇ ਉਹ ਬੱਚਿਆਂ ਨੇ ਉਹਨੂੰ ਕਹਿਤਾ ਵੀ ਤੂੰ ਕੋਈ ਨਵੇਂ ਗਾਣੇ ਆਪਦੇ ਜਿਹੜੇ ਸਾਨੂੰ ਦੱਸ ਦੇ, ਅਤੇ ਉਹਨੇ ਕੋਈ 2 ਬੋਲ ਬੱਚਿਆਂ ਨਾਲ ਗਾਣੇ ਦੇ ਸਾਂਝੇ ਕੀਤੇ ਆ, ਅਸੀਂ ਉਹਨੂੰ ਜਦੋਂ ਪਤਾ ਲੱਗਿਆ ਵੀ ਇਹ ਗਾਣਾ ਬੱਚਿਆਂ ਦੇ ਪੱਧਰ ਦਾ ਨਹੀਂ, ਅਸੀਂ ਉਹਨੂੰ ਰੋਕਿਆ ਵੀ ਹੈ, ਅਤੇ ਉਹ ਉੱਥੇ ਹੀ ਉਹਨੇ ਬੰਦ ਕਰਤਾ, ਅਤੇ ਬੱਚਿਆਂ ਨਾਲ ਗੱਲਬਾਤ ਕਰਕੇ ਉਹਨੇ ਗਈ ਹੈ, ਅਤੇ ਉਹ ਪਤਾ ਨਹੀਂ ਹੁਣ ਵੀਡੀਓ 'ਤੇ ਕਿਵੇਂ ਇਹ ਹੋ ਗਿਆ ਵੀ ਚੰਗੀਆਂ ਗੱਲਾਂ ਜਿਹੜੀਆਂ ਉਹਨੇ ਕਰੀਆਂ ਉਹ ਪਾਈਆਂ ਨੇ, ਅਤੇ ਚਲੋ ਇਸ ਗੱਲ ਦੀ ਮਤਲਬ ਅਸੀਂ ਮੰਨਦੇ ਹਾਂ ਕਿ ਅਸੀਂ ਇਹ ਗੱਲ ਉਹਨੂੰ ਬੱਚਿਆਂ ਨਾਲ ਇੰਟਰੈਕਟ ਕਰਾਇਆ ਮੋਟੀਵੇਸ਼ਨਲ ਪੁਆਇੰਟ ਆਫ ਵਿਊ ਤੋਂ ਹੈ ਵੀ ਬੱਚੇ ਮਿਹਨਤ ਕਰਨਗੇ ਅਤੇ ਕੁਝ ਜ਼ਿਆਦਾ ਸਿੱਖਣਗੇ। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼ ਪਲੀਜ਼ ਸਬਸਕ੍ਰਾਈਬ ਆਰ ਚੈਨਲ ਫੋਰ ਆਲ ਲੇਟੈਸਟ ਨੋਟੀਫਿਕੇਸ਼ਨ ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।